ਹਲਵਾਣਾ ਤੋਂ ਬੋਲ ਰਿਹਾ। ਇੱਥੇ ਅਸੀਂ 2 ਸਾਲ 2.5 ਸਾਲ ਪਹਿਲਾਂ ਇੱਕ ਕਲਾਸ ਸ਼ੁਰੂ ਕੀਤੀ ਸੀ ਗੁਰਮਤ ਦੀ ਇਹਨਾਂ ਬੱਚਿਆਂ ਵਾਸਤੇ, ਔਰ ਸਾਰਾ ਹੀ ਪਿੰਡ ਕਰੀਬ ਸ਼ਿਕਲੀ ਘਰ ਵੀਰਾਂ ਦਾ ਹੈ, ਜਿਹੜੇ ਬੜੇ ਪਿਆਰ ਵਾਲੇ ਬੜੇ ਸ਼ਰਧਾ ਵਾਲੇ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ। ਇਹਨਾਂ ਬੱਚਿਆਂ ਨੇ ਊੜੇ ਆੜੇ ਤੋਂ ਪੜ੍ਹਨਾ ਆਰੰਭ ਕੀਤਾ ਸੀ। ਅੱਜ ਇਹਨਾਂ ਸਾਰੇ ਬੱਚਿਆਂ ਦੀ ਜੋ ਸੰਥਾ ਹੈ ਕਰੀਬ 150 ਸਫ਼ੇ ਤੱਕ ਪਹੁੰਚ ਚੁੱਕੀ ਹੈ, ਔਰ ਇਹਨਾਂ ਬੱਚਿਆਂ ਵਿੱਚੋਂ ਬਹੁਤਿਆਂ ਨੂੰ ਬਹੁਤ ਸਾਰੀਆਂ ਬਾਣੀਆਂ ਜ਼ਬਾਨੀ ਯਾਦ ਨੇ। ਸਾਡੇ ਕੋਲ ਮੇਰੇ ਨਾਲ ਖੜਾ ਹੈ ਬੇਟਾ, ਨਾਮ ਤੁਹਾਡਾ? ਮੁਖਤਿਆਰ ਸਿੰਘ। ਭਾਈ ਮੁਖਤਿਆਰ ਸਿੰਘ ਜੀ, ਇਸ ਕਲਾਸ ਦੇ ਵਿੱਚ ਊੜੇ ਆੜੇ ਤੋਂ ਹੀ ਪੜ੍ਹਨਾ ਸ਼ੁਰੂ ਕੀਤਾ ਸੀ, ਔਰ ਇੱਥੇ ਹੀ ਪੜ੍ਹ ਕੇ ਇਸੇ ਹੀ ਗੁਰੂ ਘਰ ਦੇ ਵਿੱਚ ਗ੍ਰੰਥੀ ਸਾਹਿਬ ਦੀ ਡਿਊਟੀ ਵੀ ਭੁਗਤਾ ਰਹੇ ਨੇ। ਇਹਨਾਂ ਨੂੰ ਜਪਜੀ ਸਾਹਿਬ, ਰਹਿਰਾਸ ਅਤੇ ਹੋਰ ਬਹੁਤ ਸਾਰੀ ਬਾਣੀ ਯਾਦ ਹੈ। ਆਓ ਅਸੀਂ ਭਾਈ ਸਾਹਿਬ ਤੋਂ ਜਪਜੀ ਸਾਹਿਬ ਜੀ ਦਾ ਪਾਠ ਸਰਵਣ ਕਰਦੇ ਹਾਂ। ਬੇਟਾ ਜਪਜੀ ਸਾਹਿਬ ਦਾ ਪਾਠ ਸੁਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਤ ਸਤ ਜੁਗਾਲ ਸੱਚ ਹੈ ਭੇ ਸੱਚ ਨਾਨਕ ਹੋਸੇ ਭੇ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਲ ਵਿਤਾਰ ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ ਕਿਉਂ ਸਚਿਆਰਾ ਹੋਈ ਹੈ ਕਿਉਂ ਕੂੜੇ ਤੂਟੇ।